लड़ हमेशा सोच दे ज्ञान दे लग्या जांदा। शरीर दे लड़ गुरु नानक दे पता नहीं किन्ने के गए होणगे, मत्थे टेके होणगे, पर सारिआं दा भला हो गया जिहड़े ज्ञान दे लड़ लगे। गुरु नानक दे लड़ लगण दा अर्थ भी यह है गुरु नानक जी दे ज्ञान दे लड़ लगण। कबीर जी दे लड़ लगण दा अर्थ है कबीर जी दे कईआं होईआं विचारां दे लड़ लगणा। भगत रविदास जी दे लड़ लगण दा मतलब है भगत रविदास जी दी सोच दे लड़ लगणा। वो ज्ञान दे लड़ लगे बिना ही भला हो, जिहड़े हुण मान लो गोदी च भी खेडे है पर ज्ञान दे लड़ नहीं लगे, उहनां दा भला हो गया नहीं होया। ज्ञान दे लड़ लगणा, सोच दे लड़ लगणा। ते जिहड़ा बंदा लड़ लगण गुरु ग्रंथ साहिब जी दी सोच दे लड़ लगो ते भला हो जांदा। इहनां दी संगत करीए नज़ारा नहीं आ जांदा, मन कायम हो जाए, हर वेले चढ़ती कला च रहीए, आनंद च रहीए। जिहड़े हुण इह पैंतीआं दी विचारधारा किड्डी इनकलाबी ते वक्खरी गल है। जिवें हुण मान लो बहुत सारे कामरेड ने आले दुआले हर पिंड च हुंदे ने, आसे पासे बहुत हैगे, आपां नूं वी कई वीर मिलदे जदों वी गले गलबात हुंदी है, ते मैं हमेशा उहनां नाल गल करदिआं इह विचार करी दी है बहि के। ਉਹ ਆਮ ਮੈਨੂੰ ਇਹ ਸਵਾਲ ਕਈ ਵਾਰੀ ਕਰ ਦਿੰਦੇ ਆ ਕਿ ਭਾਈ ਸਾਹਿਬ ਹੈ ਤੇ ਧਰਮ ਹੀ ਹੈ, ਸਿਸਟਮ ਹੈ, ਪਰ ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ। ਮੈਂ ਸ਼ਾਇਦ ਕੱਲ ਵੀ ਗੱਲ ਕੀਤੀ ਸੀ ਵੀ ਪੁਜਾਰੀ ਮੁਕਤ ਹੋਣਾ, ਧਰਮ ਮੁਕਤ ਨਹੀਂ ਹੋਣਾ। ਪੁਰੋਹਿਤ ਮੁਕਤ ਹੋਣਾ, ਧਰਮ ਮੁਕਤ ਨਹੀਂ ਹੋਣਾ। ਕਿਵੇਂ? ਪੁਜਾਰੀ ਜਿਹਨੇ ਅਡੰਬਰ ਬਣਾਇਆ, ਜਿਹੜਾ ਢਾਂਚੇ ਬਣਾਉਂਦਾ, ਜਿਹੜਾ ਲੋਕਾਂ ਤੇ ਬੋਝ ਪਾਉਂਦਾ, ਉਹਦੇ ਤੋਂ ਮੁਕਤ ਹੋਣਾ। ਜਿਹੜਾ ਧਰਮ ਹੈ, ਲਾਅ ਆਫ ਨੇਚਰ, ਨਿਯਮ, ਕੁਦਰਤ ਦਾ ਵਿਧਾਨ, ਜੋ ਗੁਰਬਾਣੀ 'ਚ ਨਾਮ ਨਿਯਮ ਕਿਹਾ ਜਿਹਨੂੰ, ਉਹਨੂੰ ਸਮਝਣਾ, ਲਾਅ ਨੂੰ ਸਮਝਣਾ। ਉਹਦੇ ਤੋਂ ਤੇ ਅਸੀਂ ਬਾਗੀ ਹੋ ਨਹੀਂ ਸਕਦੇ। ਜੇ ਕੁਦਰਤ ਦੇ ਨਿਯਮ ਤੋਂ ਮੁਕਤ ਹੋਵਾਂਗੇ, ਧਰਮ ਤੋਂ, ਕੁਦਰਤ ਦਾ ਜਿਹੜਾ ਸੱਚਾ ਧਰਮ ਹੈ, ਨਿਯਮ ਹੈ, ਉਹਦੇ ਤੋਂ ਮੁਕਤ ਕਿਵੇਂ ਹੋਵਾਂਗੇ? ਜੇ ਪੈਦਲ ਤੁਰਨਾ ਹੈ ਤਾਂ ਵੀ ਉਹਦੇ ਨਿਯਮ ਨੂੰ ਫੋਲੋ ਕਰਨਾ ਪੈਣਾ, ਉਹਦਾ ਵੀ ਇੱਕ ਧਰਮ ਹੈ। ਹਰ ਚੀਜ਼ ਦਾ ਪ੍ਰਸ਼ਾਦਾ ਛਕਣਾ ਹੈ, ਮੂੰਹ 'ਚ ਹੀ ਪੈਣਾ। ਧਰਮ ਕੀ ਹੈ? ਰੋਟੀ ਖਾਣ ਦਾ ਸਿਸਟਮ ਹੈ ਬਾਡੀ ਦਾ, ਮੂੰਹ 'ਚ ਹੀ ਪੈਣਾ। ਧਰਮ ਹੈ, ਉਹਨੂੰ ਮੰਨਣਾ ਹੀ ਪੈਣਾ। ਮਤਲਬ ਕੁਦਰਤ ਦੇ ਨਿਯਮ ਤੋਂ ਕੋਈ ਵੀ ਉਲਟ ਚੱਲ ਨਹੀਂ ਸਕਦਾ, ਧਰਮ ਮੁਕਤ ਹੋਇਆ ਹੀ ਨਹੀਂ ਜਾ ਸਕਦਾ। ਜਿਹੜਾ ਉਹ ਧਰਮ ਜਿਹੜਾ ਗੁਰਬਾਣੀ ਨੇ ਧਰਮ ਮੰਨਿਆ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਕੁਦਰਤ ਦੇ ਹਰੀ ਦੇ ਨਿਯਮਾਂ ਨੂੰ ਸਮਝ, ਨਾਮ ਨਿਯਮ ਜਪ ਕੇ ਜਾਣ, ਇਹਨੂੰ ਸਮਝ, ਨਿਰਮਲ ਕਰਮ ਕੰਮ ਸਹੀ ਕਰ। ਜਪ ਜਾਣ, ਨਿਯਮ ਨਾਮ ਕਹੀਏ ਨਿਯਮ, ਹਰੀ ਕਹੀਏ ਕੁਦਰਤ, ਵਿੱਚ ਹੀ ਫੈਲਿਆ ਹੋਇਆ ਮੰਨਦੇ। ਹੁਣ ਜੇ ਇਸ ਨੁਕਤੇ ਨੂੰ ਸਮਝੀਏ ਤੇ ਪੁਜਾਰੀ ਮੁਕਤ ਹੋਣ ਦੀ ਗੱਲ ਤੇ ਦਿਮਾਗ 'ਚ ਆਏਗੀ। ਜਿੰਨਾ ਧਾਰਮਿਕ ਢਾਂਚਾ, ਚਾਹੇ ਉਹ ਹਿੰਦੂਆਂ ਦਾ, ਚਾਹੇ ਮੁਸਲਮਾਨਾਂ ਦਾ, ਚਾਹੇ ਸਿੱਖਾਂ ਦਾ, ਧਾਰਮਿਕ ਢਾਂਚੇ ਤੋਂ ਮੁਕਤੀ ਪਰ ਧਰਮ ਤੋਂ ਮੁਕਤੀ ਨਹੀਂ, ਧਰਮ ਤੋਂ ਮੁਕਤੀ ਨਹੀਂ। ਢਾਂਚਾ ਜਿਹੜਾ ਫੇਕ ਢਾਂਚਾ, ਪੁਜਾਰੀ ਢਾਂਚਾ ਆ, ਉਹਦੇ ਤੋਂ ਮੁਕਤੀ ਕਰਨੀ ਪੈਣੀ ਹੈ। ਵੀ ਕਮਿਊਨਿਸਟ ਬੰਦੇ ਮਿਲਣ ਆਉਂਦੇ ਆ, ਮੈਂ ਹਮੇਸ਼ਾ ਗੱਲ ਕਰਦਾ ਵੀ ਪੁਜਾਰੀ ਮੁਕਤ ਹੋਣਾ, ਧਰਮ ਤੋਂ ਮੁਕਤ ਹੋਇਆ ਹੀ ਨਹੀਂ ਜਾ ਸਕਦਾ। ਉਹ ਧਰਮ ਜਿਹੜਾ ਇੱਕ ਹੈ, ਜਿਹੜਾ ਕੁਦਰਤ ਦਾ ਨਿਯਮ ਹੈ, ਬਾਕੀ ਸਾਰੇ ਪੁਜਾਰੀਆਂ ਦੇ ਬਣਾਏ ਹੈ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਇਹ ਪੁਜਾਰੀਆਂ ਦੇ ਬਣਾਏ ਹੈ, ਪਰ ਕੁਦਰਤ ਦਾ ਵਿਧਾਨ ਇੱਕ ਹੈ, ਉਹ ਸਾਰਿਆਂ ਲਈ ਸਾਂਝਾ। ਉਹਦੇ ਲਈ ਕੋਈ ਸਿੱਖ ਨਹੀਂ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਈਸਾਈ ਨਹੀਂ, ਉਹ ਕੁਦਰਤ ਦਾ ਵਿਧਾਨ ਹੈ। ਇਹੀ ਗੱਲ ਹੋ ਗਈ। ਅਗਲਾ ਪੁਆਇੰਟ ਸੁਣੋ, ਉਹਨਾਂ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ, ਕਹਿੰਦੇ ਭਾਈ ਸਾਹਿਬ ਹੈ ਤੇ ਇਹ ਵੀ ਧਰਮ ਹੈ, ਤੁਸੀਂ ਜਿਹੜੀ ਗੱਲਾਂ ਕਰਦੇ। ਮੈਂ ਉਹਨਾਂ ਨੂੰ ਪੁੱਛਦਾ ਸੀ, ਉਦੋਂ ਆਪਾਂ ਮਿਲੇ ਸੀ, ਜਿੱਦਣ ਉਧਰ ਵੀ ਪੁੱਛਦੇ ਸੀ, ਨੋਰਮਲ ਅਸੀਂ ਗੱਲ ਕਰਦੇ ਰਹਿੰਦੇ ਹਾਂ ਵੀ ਵੇਖੋ, ਅੱਜ ਆਪਾਂ ਮਾਰਕਸ ਮਾਰਕਸ ਦਾ ਨਾਂ ਲਈ ਜਾਈਏ, ਠੀਕ ਹੈ, ਤੇ ਸਾਰੇ ਲੋਕਾਂ 'ਚ ਦਿਮਾਗ 'ਚ ਕੀ ਆ ਜਾਣਾ ਵੀ ਢੱਡਰੀਆਂ ਲੱਗੀ ਬਣ ਗਿਆ, ਕਾਮਰੇਡ ਇਹ ਕਹਿਣਗੇ, ਇਹ ਤੇ ਕਾਮਰੇਡ ਹੈ ਤੇ ਖਤਰਾ ਰਹੂ ਕੋਈ? ਕਾਮਰੇਡਾਂ ਨੂੰ ਕਾਹਦਾ ਖਤਰਾ ਪੰਜਾਬ 'ਚ? ਅਗਲਾ ਕਹਿੰਦਾ ਕਾਮਰੇਡ ਹੈ ਤੇ ਸਿੱਖ ਉਹਨਾਂ ਨੂੰ ਮਾਰਨ ਪੈਂਦੇ ਆ। ਮਾਰਕਸ ਦੀ ਛਤਰ ਛਾਇਆ ਥੱਲੇ ਜਾ ਕੇ ਸਿੱਧਾ ਨਾਂ ਲੈ ਦਿਓ ਤੇ ਖਤਰਾ ਘਟ ਗਿਆ ਕਿ ਵੱਧ ਗਿਆ? ਘਟ ਗਿਆ, ਪਰ ਗੁਰੂ ਨਾਨਕ ਦੀ ਵਿਚਾਰਧਾਰਾ ਵਾਸਤੇ ਠੋਕ ਕੇ ਕਹੋ ਵੀ ਅਸੀਂ ਬਾਬੇ ਦੇ ਆ,
गुरु नानक साहब ने कबीर जी ने रविदास जी महाराज ने ये इनकलाबी सी ये तर्क की गल करते ये विवेक की गल करते ये लोगों च बड़क भरते पैरों से खड़े करने की गल करते चंगे समाज में सिरजन की गल करते चंगे मनुख से महान सोच के मालक से उस महान सोच वास्ते तवी ते भी बैठे नीहां च भी बच्चे खड़ा लए डेगां च भी कढ़ गए सारी जिंदगी मेहनत की ये पैंती सी ते असी इन्हां पैंतियां नूं समर्पित होके कम करते हैं ते खतरा फिर पैना पर मैं एक गल मनदा मार्कस दे कोल वलंटियरां दी कमी है सेवकां दी सियाणे बंदे उहदे मगर बहुत लगे हुए है दुनिया ही लगी हुई है पर दसो बाबे कबीर भगत रविदास ते गुरु नानक पातशाह दे वलंटियर अज कहड़े है सियाणे पढ़े लिखे बंदे ते परे ही हट गए सारे उह ते छड्ड गए खतरा कौन मुल लवे क्योंकि मार्कस की विचारधारा धर्म मुक्त है पुजारी मुक्त है मार्कस की विचारधारा के उत्ते पुजारी का कब्जा नहीं होया पर गुरु नानक साहब कबीर रविदास इन्हां सारिआं दे पैंतियां की विचारधारा दब किने लई है पुजारी ने ते मारन कौन पैंदा पुजारी जिन्हें खाना गुरु ग्रंथ साहब के नाम से वह मारन पैंदा मार्कस के खतरा कोई नहीं गुरु ग्रंथ साहब जी की विचारधारा अगे ले जाने वास्ते खतरा है पंगा पैना मारन पैणगे चक के सलूत्र पै जाणगे डांगा लैके पैणगे मगर ते मार्कस का जान ना लै दिओ जिंद सौखी छुट जाती है पर हुण मेरी गल का जवाब दिओ पंजाब की धरती होवे इत्थे गल कबीर ते रविदास महाराज ते नानक साहब जी के नाम नाल सुनणगे कि मार्कस के नाम नाल सुनणगे गुरु नानक दे नाम कबीर जी दे नाम श्रद्धालु उन्हां दे ने सेवक उन्हां दे ने उन्हां दे नाम उन्हां दी मोहर थल्ले गल क्यों नहीं कर सकते सियाणियां गल्लां जे कीतियां ने मेरा मनना यह है एशिया च सियाणे बंदियां दा आगू होना चाहीदा सी गुरु नानक कबीर रविदास भगत रविदास महाराज यह सियाणियां दे आगू पैंती चाहीदे सी आ जड़ चाहीदी सी पहला भी होए होणगे आपां नहीं भी इस गल नूं मनदे पर भी नहीं पहला होए पहला भी बहुत होए होणगे पर जिहड़ा आ खेतर सी ना खास करके इंडिया च एशिया च सियाणे लोकां दा जे कोई हैड बन सकदा सी ते गुरु नानक बन सकदा सी सियाणियां लोकां दा जे कोई मुखी बन सकदा सी भगत कबीर भगत नामदेव भगत रविदास जी महाराज बन सकदे सी क्योंकि इह सारे ढांचे नूं किसे मैं कहिंदा रब नूं नहीं मनदी गुरबाणी जिहड़े कहिंदे ने भी रब मनदी मैं कहिंदा गुरबाणी कहिंदी है एक ओंकार एक रस व्यापक परमात्मा उह सर्वव्यापी कुदरत दे रूप विच फैलिया होया ही है वखरा कोई रब नहीं बैठा जिदां दे काम करोगे उदां दा रिजल्ट निकलेगा सीधी गल है फल उदां दा मिलेगा गुरबाणी यह मनदी है ते इस विचारधारा नूं अगे ले जाण वास्ते इन्हां दे वलंटियर बन के रहना चाहीदा सी इन्हां पैंतियां सियाणियां बंदियां नूं मैं स्पष्ट कहना चाहुंदा सियाणियां बंदियां नूं मार्कस दे कोल जाण दी थां गुरु ग्रंथ साहिब दे उत्ते दावा करना चाहीदा सी वी साडा ठोक के दावा करना चाहीदा सी जे किते सियाणे बंदे जिन्ने अज तों 100 साल पहलां उधर नूं तुरे सी जां अज तुर रहे है ठोक के गुरु ग्रंथ साहिब जी विचारधारा नूं पढ़ के हिक ठोक के कह देण गुरु ग्रंथ साहिब साडा है सियाणे अगे आ जाण अज जिन्ना साडे वर्गा अनपढ़ लाणा तुरिया फिरदा है टकसाली वर्गे जिहड़े कहिंदे वी असीं काबज आ असीं मालक आ असीं गुरु ग्रंथ साहिब दे पैरोकार आ असल च साडा है ये जिहड़े दावा करदे आ आपे पिछे हट जाणगे पर पंगा की पैंदा है सियाणे सियाणे पिछे हट गए इन्हां ने कब्जा कर लिया गुरु ग्रंथ साहिब नूं इन्हां ने बहि के कब्जा करके ते ठोक के कहिंदे साडा है गुरु ग्रंथ साहिब असी नहीं छड़ते मार्कस अपनी थां ते ठीक है किताबां लख वार पढ़ लो जिहदियां मर्जी पढ़ी जाओ पर पंजाब दे विच इंडिया दे विच आगू बना के तुरो गुरु नानक नूं जिन्ने गुरु नानक ने जिन्ने तर्क तों सोचा है सोच ना हो भी जे सोची लख वार इत्थों शुरू कर दे जो कहिंदे चुप है चुप ना हो भी जे लाए रहा लगातार भुखिया भुख ना उतरी जे बन्ना पुरियां पार सहस सियाणपां लख होए तां इक ना चलै नाल जेड़े के किवस जियारा होई है कि कूड़ा टुटे पाल हुक्म रजाई चलना कुदरत दे निजमां च आ जा नानक लिखिया नाल जेड़ा लिखिया होया तुर तों बणिया सिस्टम कुदरत दा विधान जेड़ा ऑटोमैटिक बणिया होया उहदे अंडर चल तां भला होणा ना नहा के ना चुप रहे के ना भुखे रह के ना बहुते ग्रंथ पढ़ के उहनां दा मुखी चाहीदा सी बाबा नानक फोटो लाउंदे गुरु नानक दी आ साडा मुखी
ਤੇ ਇੱਕ ਗੱਲ ਹੋਰ ਕਹਿ ਦਿਆਂ ਜੇ ਸਿਆਣੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ 35-35 ਨੂੰ ਆਗੂ ਮੰਨ ਕੇ ਪੰਜਾਬ ਦੇ ਵਿੱਚ ਇੰਡੀਆ 'ਚ ਲਹਿਰ ਉਠਾ ਲੈਂਦੇ ਨਾ ਖਾਸ ਕਰਕੇ ਪੰਜਾਬ ਵਾਲੇ ਖਿੱਤੇ 'ਚ ਸਾਊਥ ਦੀ ਗੱਲ ਛੱਡ ਦਿਓ ਇਸ ਖਿੱਤੇ ਦੇ ਵਿੱਚ ਸਾਊਥ ਵਿੱਚ ਅਗਲਿਆਂ ਨੇ ਕਾਮਰੇਡਾਂ ਨੇ ਸਰਕਾਰਾਂ ਬਣਾ ਲਈਆਂ ਆਪਣੀਆਂ ਪਰ ਇਸ ਖਿੱਤੇ 'ਚ ਨਹੀਂ ਬਣਾ ਸਕੇ ਕਿਉਂ ਕਿਉਂਕਿ ਇੱਥੇ ਗੁਰੂ ਨਾਨਕ ਤੇ ਕਬੀਰ ਜੀ ਦਾ ਨਾਮ ਸੀ ਰਵਿਦਾਸ ਜੀ ਮਹਾਰਾਜ ਦਾ ਨਾਮ ਤੇ ਜੇ ਉਹਨਾਂ ਦੇ ਨਾਮ ਹੇਠ ਝੰਡੇ ਥੱਲੇ ਇੱਕ ਮੂਵਮੈਂਟ ਚਲਾ ਲੈਂਦੇ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਅੱਜ ਸਰਕਾਰ ਨਾਨਕ ਪੰਥੀਆਂ ਦੀ ਹੋਣੀ ਸੀ ਕਬੀਰ ਪੰਥੀਆਂ ਦੀ ਹੋਣੀ ਸੀ ਉਹ ਸੋਚ ਅੱਗੇ ਜਾਣੀ ਸੀ ਇੰਨੇ ਜ਼ਿਆਦਾ ਆ ਹੁਣ ਸਰਕਾਰਾਂ ਤੇ ਹੈ ਨੇ ਅਗਲਾ ਕਹਿੰਦਾ ਸਿੱਖਾਂ ਦੀਆਂ ਸਰਕਾਰਾਂ ਨੇ ਨਹੀਂ ਭਾਈ ਸਰਕਾਰਾਂ ਸਿੱਖਾਂ ਦੀਆਂ ਨਹੀਂ ਨੇ ਪੈਂਤੀਆਂ ਦੀ ਵਿਚਾਰਧਾਰਾ ਨੂੰ ਕਿਹੜਾ ਸਮਰਪਿਤ ਹੈ ਯਾਰ ਹਰ ਥਾਂ ਦੇ ਉੱਤੇ ਜਿੱਥੇ ਮਰਜ਼ੀ ਮੱਥੇ ਟਿਕਾ ਲਓ ਇਹਨਾਂ ਤੋਂ ਜਿੰਨੇ ਲੀਡਰ ਨੇ ਚਾਹੇ ਸਰਸੇ ਵਾਲੇ ਦੇ ਲੈ ਜਾਓ ਚਾਹੇ ਈਸਾਈਆਂ ਦੇ ਲੈ ਜਾਓ ਚਾਹੇ ਜਿੱਥੇ ਮਰਜ਼ੀ ਲੈ ਜਾਓ ਪੈਂਤੀਆਂ ਨੂੰ ਦੱਸ ਦਿਓ ਇਹਨਾਂ ਚੋਂ ਕਿਹੜਾ ਸਮਰਪਿਤ ਹੈ ਪੈਂਤੀਆਂ ਬਾਰੇ ਇਹਨਾਂ ਨੂੰ ਪਤਾ ਹੀ ਨਹੀਂ ਬਹੁਤਿਆਂ ਨੂੰ ਤੇ ਪੈਂਤੀਆਂ ਦਾ ਪਤਾ ਹੀ ਨਹੀਂ ਕਬੀਰ ਜੀ ਕੌਣ ਸੀ ਕਿੱਦਾਂ ਦੀ ਵਿਚਾਰਧਾਰਾ ਉਹਨਾਂ ਦੀ ਇਹ ਨਹੀਂ ਪਤਾ ਉਹਨਾਂ ਦਾ ਧਰਮ ਸਿਰਫ ਰਾਜਨੀਤੀ ਰਹਿ ਗਿਆ ਪਰ ਜੇ ਇਹ ਵਿਚਾਰਧਾਰਾ ਖੁੱਲ੍ਹ ਕੇ ਆਉਂਦੀ ਅੱਜ ਕਈ ਸਿੱਖਾਂ ਦੀਆਂ ਸਰਕਾਰਾਂ ਨੇ ਨਹੀਂ ਨਹੀਂ ਸਿੱਖ ਉਹ ਪੁਜਾਰੀ ਵਾਲਾ ਸਿੱਖ ਹੈ ਪੁਜਾਰੀ ਵਾਲੀ ਸੋਚ ਹੈ ਗੁਰੂ ਗ੍ਰੰਥ ਸਾਹਿਬ ਵਾਲੀ ਸੋਚ ਨਹੀਂ ਅਜੇ ਅੱਗੇ ਆਈ ਪਰ ਜੇ ਕਿਤੇ ਕਮਿਊਨਿਸਟ ਜਿੰਨੇ ਵੀ ਨੇ ਕਾਮਰੇਡ ਜਿੰਨੇ ਵੀ ਨੇ ਜਿੰਨੇ ਪੜ੍ਹੇ ਲਿਖੇ ਨੇ ਮੈਂ ਇਹ ਸ਼ਬਦ ਵਰਤਾਂ ਵੀ ਸਿਆਣੇ ਨੇ ਤੇ ਪੜ੍ਹੇ ਲਿਖੇ ਨੇ ਉਹ ਪੜ੍ਹੇ ਲਿਖੇ ਕਿਸੇ ਹੋਰ ਦੀ ਛਤਰੀ ਥੱਲੇ ਜਾਣ ਨਾਲੋਂ ਨਾ ਜੇ ਇੱਥੇ ਰਹਿੰਦੇ ਕਿਉਂਕਿ ਇਹਨਾਂ ਨੂੰ ਵਲੰਟੀਅਰਾਂ ਦੀ ਬਹੁਤ ਲੋੜ ਹੈ ਇਹਨਾਂ ਨੂੰ ਬੜੀ ਲੋੜ ਹੈ ਗੁਰੂ ਨਾਨਕ ਨੂੰ ਕਬੀਰ ਸਾਹਿਬ ਨੂੰ ਵਲੰਟੀਅਰ ਚਾਹੀਦੇ ਸੀ ਸਿਆਣੇ ਬੰਦੇ ਚਾਹੀਦੇ ਸੀ ਇੱਥੇ ਮਾਰਕਸ ਕੋਲ ਘਾਟਾ ਕੋਈ ਨਹੀਂ ਇੱਥੇ ਲੋੜ ਸੀ ਖਤਰਾ ਬੁੱਲ ਲੈਣਾ ਪੈਣਾ ਸੀ ਜਦੋਂ ਇੱਕ ਵਾਰੀ ਪੰਗਾ ਪੈਂਦਾ ਨਾ ਪੁਜਾਰੀਆਂ ਨਾਲ 100 ਸਾਲ ਪਹਿਲਾਂ ਕਾਮਰੇਡਾਂ ਦਾ ਜਦੋਂ ਉੱਧਰ ਨੂੰ ਗਏ ਸੀ ਇੱਥੇ ਇੱਥੇ ਖੜ ਜਾਂਦੇ ਕਿਤੇ ਪੰਗਾ ਲੈ ਲੈਂਦੇ ਤੇ 100 ਕੁ ਬੰਦਾ 200 ਬੰਦਾ ਮਰ ਜਾਣਾ ਸੀ ਹੁਣ ਤੱਕ 500-700 ਮੈਂ ਕਹਿ ਲਾ ਮਰ ਜਾਂਦਾ ਸ਼ਹੀਦ ਹੋਣੇ ਪੈਣੇ ਸੀ ਨਾ ਮਰਨਾ ਤੇ ਪੈਣਾ ਹੀ ਸੀ ਫਿਰ ਅਗਲੇ ਨਾਲ ਪੰਗਾ ਲੈਣਾ ਜਦੋਂ 500-700 ਬੰਦਾ ਮਰ ਜਾਂਦਾ ਉਹਨਾਂ ਦਾ ਪੈ ਜਾਂਦਾ ਖੂਨ ਤੇ ਇੱਕ ਲਹਿਰ ਖੜੀ ਹੋ ਜਾਣੀ ਸੀ ਇਹ ਗੱਲ ਚੇਤਾ ਰੱਖਿਓ ਪੰਜਾਬ ਦੇ ਵਿੱਚ ਜੇ ਕਿਤੇ ਠੋਕ ਵਜਾ ਕੇ ਕੋਈ ਲਹਿਰ ਖੜੀ ਹੋ ਸਕਦੀ ਹੈ ਤੇ ਗੁਰੂ ਨਾਨਕ ਦੇ ਨਾਮ ਹੇਠਾਂ ਹੋਏਗੀ ਮਾਰਕਸ ਦੇ ਨਾਮ ਹੇਠਾਂ ਨਹੀਂ ਹੋਣੀ ਇਸ ਖਿੱਤੇ 'ਚ ਨਹੀਂ ਹੋਣੀ ਆਹ ਖਿੱਤਾ ਹੈ ਨਾ ਜਿਹੜਾ ਦਿੱਲੀ ਤੋਂ ਇੱਧਰ ਨੂੰ ਹਰਿਆਣਾ ਪੰਜਾਬ ਰਾਜਸਥਾਨ ਇਹਨਾਂ ਖਿੱਤਿਆਂ ਦੇ ਵਿੱਚ ਜੇ ਕੋਈ ਮੋਹਰ ਚੱਲਣੀ ਹੈ ਤੇ ਕਬੀਰ ਨਾਨਕ ਰਵਿਦਾਸ ਮਹਾਰਾਜ ਦੀ ਚੱਲਣੀ ਉਹਦੇ ਨਾਮ ਹੇਠ ਤੇ ਸਿਆਣਿਆਂ ਸਿਆਣੇ ਬੰਦੇ ਆ ਜਾਂਦੇ ਕਿਤੇ ਕਿਉਂਕਿ ਸਿਆਣਾ ਬੰਦਾ ਹੁੰਦਾ ਨਾ ਜਿਹੜਾ ਉਹ ਸਟੇਜਾਂ ਤੇ ਬੋਲ ਰਹੇ ਗੱਪਾਂ ਨਾਲ ਸਹਿਮਤ ਨਹੀਂ ਹੁੰਦਾ ਘੁਟਣ ਮਹਿਸੂਸ ਕਰਦਾ ਉਹ ਸਹਿਮਤ ਨਹੀਂ ਹੁੰਦਾ ਉਹ ਕਹਿੰਦਾ ਮੈਂ ਇੱਥੇ ਰਹੂੰਗਾ ਮੇਰੀ ਵੀ ਬੇਇੱਜ਼ਤੀ ਕਰਾਉਂਦੇ ਨੇ ਇਹ ਵੀ ਅੱਛਾ ਤੂੰ ਵੀ ਇਹਨਾਂ ਨਾਲ ਦਾ ਹੀ ਹੈ ਉਹ ਕੀ ਕਰਦਾ ਛੱਡ ਕੇ ਫਿਰ ਕਹਿੰਦਾ ਚਲੋ ਕਾਮਰੇਡ ਬਣ ਜੂ ਕਾਮਰੇਡਾਂ ਦੀ ਮੋਹਰ ਲੱਗ ਜੂ ਵੀ ਬੰਦਾ ਚੱਲ ਪੜ੍ਹਿਆ ਲਿਖਿਆ 'ਚ ਸਿਆਣਿਆ 'ਚ ਆਉਂਦਾ ਐਂ ਹੋ ਜੇ ਇਹਨਾਂ ਕਮਲਿਆਂ ਦੇ ਵਿੱਚ ਰਹਿ ਕੇ ਮੈਂ ਕੀ ਕਰਨਾ ਇਦਾਂ ਸੋਚਦਾ ਪਰ ਜੇ ਉਹ ਗੁਰਬਾਣੀ ਦੇ ਅਸਲ ਸੱਚ ਨੂੰ ਸਮਝ ਕੇ ਕਵੇ ਕਿਉਂ ਬਈ ਬਹੁਤ ਕਾਮਰੇਡ ਮੈਨੂੰ ਗਰੰਟੀ ਨਾਲ ਮੈਂ ਕਹਿੰਦਾ ਮੈਨੂੰ ਪਤਾ ਉਹਨਾਂ ਨੂੰ ਤਰਕਸ਼ੀਲਾਂ ਨੂੰ ਪਤਾ ਹੈ ਵੀ ਗੁਰੂ ਨਾਨਕ ਦੀ ਗੱਲ ਅਸਲ ਕੀ ਹੈ ਬਹੁਤ ਬੰਦਿਆਂ ਨੂੰ ਪਤਾ ਕਬੀਰ ਜੀ ਬਾਰੇ ਕਿਤੇ ਪਤਾ ਨਹੀਂ ਸ਼ਬਦ ਕਬੀਰ ਜੀ ਦੇ 15-20 ਸ਼ਬਦ ਪੜ੍ਹ ਲਓ ਐ ਲੱਗੂਗਾ ਵੀ ਯਾਰ ਇਹ ਤਾਂ ਇਦੋਂ ਇੱਡੀ ਗੱਲ ਤੇ 500 ਸਾਲ ਪਹਿਲਾਂ ਕਿਵੇਂ ਕਹਿ ਗਏ ਇਹ ਤੇ ਤਰਕ ਦੀ ਗੱਲ ਕਰਦੇ ਆ ਗੱਲ ਹੀ ਸਾਰੀ ਸੋਚ ਦੀ ਦਿਮਾਗ ਦੀ ਗੱਲ ਕਰਦੇ ਆ ਪਰ ਛੱਡ ਕੇ ਪਰੇ ਹਟ ਗਏ ਪਰੇ ਨਹੀਂ ਹਟਣਾ ਠੋਕ ਕੇ ਕਹਿਣਾ ਕਬੀਰ ਸਾਹਿਬ ਸਾਡਾ ਬਾਬਾ ਰਵਿਦਾਸ ਮਹਾਰਾਜ ਸਾਡੇ ਇਦਾਂ ਕਹਿਣਾ ਪੈਣਾ ਗੁਰੂ ਕਹੋ ਭਗਤ ਕਹਿ ਲਓ ਸਿੱਧਾ ਹੀ ਨਾਂ ਲੈ ਲਓ ਕੋਈ ਗੱਲ ਨਹੀਂ ਪਰ ਉਹਨਾਂ ਦੇ ਸੇਵਕ ਬਣ ਕੇ ਵਿਚਰੋ ਇੱਕ ਗੱਲ ਮੈਂ ਕਹਿ ਦਿਆਂ ਨਾਲ ਇੱਥੇ ਛਿੱਤਰ ਖਾਣੇ ਪੈਣੇ ਆ ਇੱਥੇ ਮਰਨਾ ਵੀ ਪੈ ਸਕਦਾ ਇੱਥੇ ਤੁਹਾਨੂੰ ਛਬੀਲਾਂ ਲਵਾਉਣੀਆਂ ਪੈਣਗੀਆਂ ਇੱਥੇ ਤੁਹਾਨੂੰ ਤਕਲੀਫਾਂ ਝੱਲਣੀਆਂ ਪੈਣਗੀਆਂ ਤੇ ਜੇ ਕਿਸੇ ਬਾਹਰਲੇ ਦਾ ਨਾਂ ਲੈਣਾ ਕਿਸੇ ਹੋਰ ਦਾ ਫਿਰ ਕੋਈ ਖਤਰਾ ਨਹੀਂ ਅੱਜ ਲਵਾ ਲਓ ਆਪਣੇ ਇੱਥੇ ਲਾ ਦਿਓ ਬਾਹਰ ਵੀ ਅਸੀਂ ਕਾਮਰੇਡ ਆ ਇੱਦਾਂ ਲਾ ਦਿਓ ਨਿਸ਼ਾਨ ਸਾਹਿਬ ਅਸੀਂ ਨਹੀਂ ਮੰਨਦੇ ਤੇ ਲੋਕੀ ਕਹਿਣਗੇ ਵਾਹ ਜੀ ਇਹ ਸਿੱਖ ਕਹਿਣਗੇ ਸ਼ੁਕਰ ਹੈ ਮਗਰੋਂ ਲੈ ਗਿਆ ਇਹਨਾਂ ਨੇ ਤੇ ਚਾਹ ਚੜ ਜਾਣਾ ਵੀ ਛੱਡ ਕੇ ਗੁਰੂ ਗ੍ਰੰਥ ਸਾਹਿਬ ਤੋਂ ਮਗਰੋਂ ਲਓ ਇਹ ਤੇ ਮਗਰੋਂ ਲਾਉਣ ਨੂੰ ਫਿਰਦੇ ਨੇ ਪਰ ਅਸੀਂ ਕਹਿੰਦੇ ਨੇ ਵੀ ਅਸੀਂ ਨਹੀਂ ਲੈਣਾ ਇੱਥੇ ਜਿਵੇਂ ਕਈ ਕਹਿੰਦੀਆਂ ਨਹੀਂ ਹੁੰਦੀਆਂ ਬੀਬੀਆਂ ਵੀ ਇੱਥੇ ਬਸੋ ਕਈ ਕਹਿੰਦੇ ਤੇਰੇ ਹਿੱਕ ਤੇ ਦੀਵਾ ਬਣ ਕਈ ਕਹਿੰਦੇ ਉਹ ਕਹਿੰਦਾ ਪੰਜ ਬਰਾਬਰ ਗੱਡਾਂਗੇ ਹੈ ਕਿ ਨਹੀਂ ਇਹ 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 ਆ ਆ ਜਿਹੜੀ ਗੱਲ ਹੁੰਦੀ ਹੈ ਨਾ ਐਂ ਕਰਨੀ ਪੈਣੀ ਐਂ ਕਿ ਛੱਡ ਕੇ ਤੁਰ
ਅਗਲਾ ਤਾਂ ਕਹਿੰਦਾ ਡਿਵੋਰਸ ਲੈਣਾ ਤੇ ਨਾ ਛੱਡ ਪਰੇ ਤੂੰ ਅਗਲਾ ਮੈਂ ਨਵਾਂ ਵਿਆਹ ਕਰਾਉਣਾ ਉਹ ਕਈ ਕਈ ਗੱਲਾਂ ਨਹੀਂ ਜਾਂਦੀਆਂ ਕੀ ਬੀਬੀਆਂ ਕਹਿੰਦੀਆਂ ਨਹੀਂ ਤੈਨੂੰ ਨਾ ਕਰਾਇਆ ਤੇ ਨਾ ਨਾ ਮੈਂ ਕਰਾਉਣਾ ਤੇ ਨਾ ਤੈਨੂੰ ਕਰਾਉਣ ਦੇਣਾ ਮੈਂ ਡਿਵੋਰਸ ਨਹੀਂ ਲੈਣਾ ਤੂੰ ਕਰ ਲੈ ਜੋ ਮਰਜ਼ੀ ਹੁੰਦਾ ਨਹੀਂ ਫਿਰ ਕਈ ਬੁੜੇ ਹੋ ਜਾਂਦੇ ਨੇ 40 45 50 ਸਾਲ ਦੇ ਡਿਵੋਰਸ ਨਹੀਂ ਲੈ ਦਿੰਦੀ ਹੈ ਕਈ ਹੈ ਕਿ ਹੁਣ ਅਗਲੇ ਤੇ ਕਹਿੰਦੇ ਨੇ ਤੁਸੀਂ ਅੱਡ ਹੋ ਗਏ ਤੇ ਕਿਉਂ ਹੋਣਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਮੰਨਦੇ ਅਸੀਂ ਪੈਂ ਗੁਰੂ ਨਾਨਕ ਦੇ ਰਹਿਣਾ ਬਣ ਕੇ ਚਾਹੇ ਜੋ ਮਰਜ਼ੀ ਸਮਝਦੇ ਗੱਲ